ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ 4511 ਟਰੈਕਟਰ। ਇਹ ਟਰੈਕਟਰ ਹੈਗਾ ਦੋਸਤੋ ਬਕਾਊ। ਅਤੇ ਜੋ ਵੀ ਵੀਰ ਸਾਡੇ ਚੈਨਲ ਦੇ ਉੱਤੇ ਨਵੇਂ ਆ, ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਜੋ ਸਾਡੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਆਵੇ। ਹਾਂਜੀ ਦੋਸਤੋ, ਗੱਲ ਕਰਨ ਲੱਗਿਆਂ ਟਰੈਕਟਰ ਦੀ, ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ, ਟਰੈਕਟਰ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਪਿਆ ਗਾ। ਬਾਕੀ ਟਰੈਕਟਰ ਦੇ ਜੋ ਦੋਸਤੋ ਫਰੰਟ ਟਾਇਰ ਨੇ 45 ਤੋਂ 50 ਪੈਸੇ ਪਏ ਨੇ। ਟਰੈਕਟਰ ਦੇ ਜੋ ਬੈਕ ਟਾਇਰ ਨੇ ਉਹ 85 ਤੋਂ 90 ਪੈਸੇ ਪਏ ਨੇ। ਬਾਕੀ ਟਰੈਕਟਰ ਦੀ ਹਾਲਤ ਆ ਜਿਹੜੀ ਤੁਹਾਡੇ ਸਾਹਮਣੇ ਆ, ਦੇਖ ਸਕਦੇ ਹੋ ਤੁਸੀਂ। ਇੰਜਣ ਕੰਨਿਓ ਕੰਡੀਸ਼ਨ ਬਿਲਕੁਲ ਓਕੇ, ਇੰਜਣ ਗੇੜ ਦਾ ਸਾਫ਼ ਆ ਟਰੈਕਟਰ, ਅਤੇ ਕਿਸੇ ਪਾਸੇ ਟਰੈਕਟਰ ਦੇ ਕੋਈ ਲੀਕੇਜ ਨਹੀਂ ਹੈਗੀ। ਬਾਕੀ ਬੈਕ ਟਾਇਰ ਦੇਖ ਸਕਦੇ ਹੋ ਦੋਸਤੋ, ਬਿਲਕੁਲ ਹੀ ਨਵੇਂ ਪਾਏ ਹੋਏ ਨੇ, 90 ਪੈਸੇ ਪਏ ਨੇ ਬੈਕ ਟਾਇਰ ਆ, ਦੇਖ ਸਕਦੇ ਹੋ ਦੋਸਤੋ ਤੁਸੀਂ। ਬਾਕੀ ਮਗਰਾੜ ਵਗੈਰਾ ਸਭ ਓਰੀਜਨਲ ਨੇ, ਨਾਲ ਦਾ ਪੇਂਟ ਆ ਟਰੈਕਟਰ ਦੇ, ਪਿੱਛੇ ਤੋਂ ਦਿਖਾ ਦਿੰਦੇ ਹਾਂ ਤੁਹਾਨੂੰ ਦੋਸਤੋ। ਇਹ ਟਰੈਕਟਰ ਡੰਡਾ ਟਰੈਵਲ ਸਮੇਤ ਆ ਜੀ। ਜੇ ਕਿਸੇ ਵੀਰ ਨੇ ਇਹ ਟਰੈਕਟਰ ਲੈਣਾ ਹੋਵੇ ਤਾਂ ਇਹ ਟਰੈਕਟਰ ਬਰਨਾਲਾ ਏਰੀਏ ਦੇ ਵਿੱਚ ਖੜ੍ਹਾ ਗਾ। ਇਹਨਾਂ ਵੀਰਾਂ ਦਾ ਨੰਬਰ ਅਸੀਂ ਵੀਡੀਓ ਦੇ ਵਿੱਚ ਵੀ ਬੋਲਾਂਗੇ ਅਤੇ ਡਿਸਕ੍ਰਿਪਸ਼ਨ ਬੋਕਸ ਦੇ ਵਿੱਚ ਵੀ ਪਾਵਾਂਗੇ, ਉੱਥੋਂ ਤੁਸੀਂ ਇਹਨਾਂ ਨਾਲ ਗੱਲ ਕਰਕੇ ਟਰੈਕਟਰ ਲਿਜਾ ਸਕਦੇ ਹੋ। ਬਾਕੀ ਟਰੈਕਟਰ ਦੇ ਅੰਦਰਲੀ ਸਾਈਡੋਂ ਮਗਰਾੜ ਦੇਖ ਸਕਦੇ ਹੋ ਤੁਸੀਂ, ਸਾਫ਼ ਪਏ ਨੇ। ਪਿੱਛੇ ਤੋਂ ਦਿਖਾ ਦਿੰਦੇ ਤੁਹਾਨੂੰ ਦੂਜੀ ਸਾਈਡ, ਦੇਖ ਸਕਦੇ ਹੋ ਦੋਸਤੋ। ਬਾਕੀ ਰੰਗ ਪੇਂਟ ਤੁਹਾਨੂੰ ਦੱਸਤਾ ਵੀ ਸਾਰਾ ਓਰੀਜਨਲ ਆ, ਇੰਜਣ ਗੇੜ ਦਾ ਬਿਲਕੁਲ ਓਕੇ ਆ ਟਰੈਕਟਰ। ਜੇ ਦੋਸਤੋ ਆਪਾਂ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ ਤਾਂ ਦੋਸਤੋ, ਟਰੈਕਟਰ ਦਾ ਮਾਡਲ ਹੈਗਾ ਜੀ 1993। ਅਤੇ ਜਿਹੜੀ ਟਰੈਕਟਰ ਦੀ ਡਿਮਾਂਡ ਆ, ਡਿਮਾਂਡ ਇਹਨਾਂ ਵੀਰਾਂ ਨੇ ਰੱਖੀ ਆ ਜੀ 1.5 ਲੱਖ ਰੁਪਏ। ਬਾਕੀ ਮੌਕੇ 'ਤੇ ਘੱਟ ਵੱਧ ਹੋ ਜੂਗਾ। ਬਾਕੀ ਦੋਸਤੋ ਟਰੈਕਟਰ ਦਾ ਜੋ ਇੰਜਣ ਆ, ਕਹਿੰਦੇ ਕੰਡੀਸ਼ਨ ਆ, ਉਹ ਵੀ ਓਕੇ ਆ, ਗੇਅਰ ਕਹਿੰਦੇ ਓਕੇ ਆ, ਟੋਟਲੀ ਵਰਕ ਆ ਜਿਹੜਾ ਕੰਪਲੀਟ ਹੋਇਆ ਵਾ। ਇੱਕ ਵਾਰ ਤੁਹਾਨੂੰ ਫਰੰਟ ਤੋਂ ਲੁੱਕ ਦਿਖਾ ਦਿੰਦੇ ਟਰੈਕਟਰ ਦੀ, ਦੇਖ ਸਕਦੇ ਹੋ ਤੁਸੀਂ। ਕੁੱਲ ਮਿਲਾ ਕੇ ਟਰੈਕਟਰ ਪੂਰਾ ਓਕੇ ਆ। ਜੇ ਕਿਸੇ ਵੀਰ ਨੇ ਲੈਣਾ ਤਾਂ ਇਹਨਾਂ ਵੀਰਾਂ ਨਾਲ ਗੱਲ ਸੰਪਰਕ ਕਰ ਸਕਦਾ, ਅਤੇ ਨੰਬਰ ਅਸੀਂ ਉਹਨਾਂ ਨਾਲ ਵੀਰਾਂ ਨਾਲ ਗੱਲ ਕਰਦੇ ਹਾਂ। ਕਿੰਨਾ ਨੰਬਰ ਆ ਵੀ ਆਪਣਾ? 9762 ਹਾਂ 0684 9762 0684 ਕੀ ਨਾਂ ਗਾ? ਹਰਬੰਸ ਵੀਰੇ। ਪਿੰਡ ਕਿਹੜਾ ਆਪਣਾ? ਪਿੰਡ ਹੈਗਾ ਕਿਸ਼ਨਗੜ੍ਹ ਸੰਨਾ। ਠੀਕ ਆ।